ਬਸ ਨਾ ਠੀਕ ਠਾਕ ਹੋ ਹਾਂਜੀ ਫਸਟ ਕਲਾਸ ਅੱਛਾ ਫਿਰ ਅੱਜ ਤੁਸੀਂ ਫਿਰ ਕਿਹੜਾ ਗੀਤ ਗਾਣ ਲੱਗੇ ਹੋ ਮੈਂ ਪੰਜਾਬ ਦਾ ਫੋਕ ਸੌਂਗ ਬੋਲ ਮਿੱਟੀ ਦਾ ਬਾਵਾ ਗਾ ਰਹੀ ਹਾਂ ਜੀ ਵਾਹ ਵਾਹ ਜੀ ਵਾਹ ਕਿਆ ਬਾਤ ਹੈ ਜੀ ਕਿਆ ਬਾਤ ਹੈ ਸਚਿਨ ਭਾਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਜੀ ਮੇਰੇ ਤੋਂ ਸ਼ੁਰੂਆਤ ਕਰ ਦਿਓ ਤਾਂ ਫਿਰ ਮੈਨੂੰ ਤਾਂ ਭਾਜੀ ਇਸ ਤੋਂ ਪਹਿਲਾਂ ਇਹ ਕੁਝ ਕਹਿਣ ਯਾਰ ਇਹ ਕੀ ਹੈ ਯਾਰ ਬਟਾਲੀ ਸਾਹਿਬ ਮੌਕਾ ਨਹੀਂ ਦੇਣਾ ਭਾਜੀ ਮੈਂ ਤੁਸੀਂ ਬੰਦੇ ਨੂੰ ਬੋਲਣ ਵੀ ਨਹੀਂ ਦੇ ਰਹੇ ਹੁਣ ਇਹ ਦੋ ਆਦਮੀ ਮੈਨੂੰ ਦੇ ਦਿਓ ਪਤਾ ਕੀ ਕਰਨਾ ਹੈ ਗੁਰਜੀਤ ਜੀ ਅਗਲਾ ਕੰਟੈਸਟੈਂਟ ਨੇ ਗਾਣਾ ਹੈ ਨਾ ਜਦੋਂ ਮੈਂ ਇਹਨਾਂ ਦਾ ਇਹ ਨਾ ਲਕੋ ਲਕੋ ਦੇਣਾ ਮੈਂ ਬੰਦੇ ਦੀ ਤਿਆਰੀ ਦੇਖੋ ਤੁਸੀਂ ਬੋਲਣ ਤੋਂ ਪਹਿਲਾਂ ਹੀ ਇੱਦਾਂ ਖੜੇ ਹੋ ਗਏ ਮੈਂ ਕੁਝ ਬੋਲਣ ਹੀ ਨਹੀਂ ਦੇਣਾ ਇਹ ਫੁਰਤੀ ਹੈ ਜੀ ਬੰਦੇ ਦੀ ਚਲੋ ਜੀ ਹਾਂਜੀ ਹਾਂ ਬਟਾਲੀ ਸਾਹਿਬ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਕਿਆ ਬਾਤ ਹੈ ਤੇ ਔਰ ਸੋਨੀਆ ਦੀ ਗਾਇਕੀ ਬਾਰੇ ਕੋਈ ਸ਼ੱਕ ਨਹੀਂ ਮੈਨੂੰ ਅੱਜ ਬਹੁਤ ਅੱਛਾ ਲੱਗਿਆ ਇਹਨੇ ਬਹੁਤ ਵਧੀਆ ਤਰੀਕੇ ਨਾਲ ਐਂਟਰਟੇਨ ਕੀਤਾ
ਬਹੁਤ ਅੱਛਾ ਸੋਨੀਆ ਗੋਡ ਬਲੈਸ ਯੂ ਥੈਂਕ ਯੂ ਸਰ ਤੇ ਲਖਵਿੰਦਰ ਭਾਈ ਨੇ ਤਾਂ ਬਈ ਤੁਹਾਨੂੰ ਆਪਣੇ ਵੱਲ ਕਰ ਲਿਆ ਆਪਣੀ ਟੀਮ ਵੱਲ ਭਾਜੀ ਕੁਝ ਹੋਰ ਕਹਿਣਾ ਚਾਹੁੰਦੇ ਐਡ ਕਰਨਾ ਚਾਹੁੰਦੇ ਕਿ ਸੁਣਨਾ ਹੀ ਚਾਹੁੰਦੇ ਬਾਕੀ ਦੀਆਂ ਗੱਲਾਂ ਨਹੀਂ ਜਦੋਂ ਕਿਸੇ ਗੱਲ ਦਾ ਜਵਾਬ ਨਾ ਹੋਵੇ ਫਿਰ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਇਹਨੇ ਸਾਰੇ ਹੀ ਸਾਡੇ ਜਵਾਬ ਵੀ ਅਤੇ ਸਾਡੇ ਸਵਾਲ ਵੀ ਇੱਕ ਫੁੱਲ ਸਟਾਪ ਲਾ ਕੇ ਮੇਰੇ ਖਿਆਲ 'ਚ ਇਹਨੇ ਛੱਡ ਦਿੱਤੇ ਆ ਬਾਕੀ ਸਲੀਮ ਭਾਅ ਜੀ ਤੋਂ ਪੁੱਛ ਲੈਂਦੇ ਹਾਂ ਜੀ ਸਲੀਮ ਭਾਅ ਜੀ ਐਂਡੇਕੋਮ ਜੈਕਟ ਆਫ ਵਾਹ ਜੀ ਵਾਹ ਤੇ ਰੋਸ਼ਨ ਭਾਅ ਜੀ ਜਿਹੜਾ ਅੱਜ ਲੋਕ ਗੀਤਾਂ ਵਾਲਾ ਮੇਲਾ ਲੱਗਿਆ ਹੋਇਆ ਇਹਦੇ ਬਾਰੇ ਕੀ ਕਹੋਗੇ ਤੁਸੀਂ ਇਹ ਮੇਲਾ ਲੁੱਟ ਲਿਆ ਜੀ ਸਤਿਕਾਰਯੋਗ ਸੋਨੀਆ ਸ਼ਰਮਾ ਜੀ ਨੇ ਥੈਂਕ ਯੂ ਸੋ ਮਚ ਸਰ ਔਰ ਇਹ ਜਿਹੜੀ ਅਗਲੀ ਤਾੜੀ ਮੈਂ ਖੜੇ ਹੋ ਕੇ ਵਜਾਉਣ ਲੱਗਿਆ ਤੁਹਾਡੇ ਵਾਸਤੇ ਵੀ ਅਤੇ ਇਹਨਾਂ ਵਾਸਤੇ ਵੀ ਤੁਹਾਨੂੰ ਚੁਣ ਕੇ ਲੈ ਕੇ ਆਏ ਵਾਹ ਜੀ ਵਾਹ ਥੈਂਕ ਯੂ ਸੋ ਮਚ ਸਰ ਕਿਆ ਬਾਤ ਹੈ ਜੀ ਕਿਆ ਹੀ ਬਾਤ ਹੈ ਅਤੇ ਸੋਨੀਆ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੁਸੀਂ ਲਖਵਿੰਦਰ ਬਾਈ ਦੀ ਟੀਮ ਅਲਾਪ ਵਿੱਚ ਚੁਣੇ ਗਏ ਹੋ ਸੋ ਬਹੁਤ ਕਮਾਲ ਗਾਇਆ ਜ਼ੋਰਦਾਰ ਤਾੜੀਆਂ ਹੋ ਜਾਣ ਜੀ ਸੋਨੀਆ ਲਈ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਰੋਸ਼ਨ ਸਰ ਨੂੰ ਕਿ ਮੈਂ ਇਹਨਾਂ ਦੀ ਬਹੁਤ ਵੱਡੀ ਫੈਨ ਹਾਂ ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਹੋ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਵਾਸਤੇ ਬਹੁਤ ਸਾਰੀਆਂ ਦੁਆਵਾਂ ਖੂਬ ਤਰੱਕੀਆਂ ਕਰੋ ਥੈਂਕ ਯੂ ਜ਼ੋਰਦਾਰ ਤਾੜੀਆਂ ਸੋਨੀਆ ਲਈ ਹੋ ਜਾਣ ਜੀ